ਗੁਰਪ੍ਰੀਤ ਸਿੰਘ ਹਾਂਜੀ ਇਹਨਾਂ ਪਾਰਟੀਆਂ ਨਾਲ ਆਪਣੀ ਹੋਣ ਵਾਲੀਆਂ ਨਾਲ ਹੀ ਸੀਗੇ ਸਵੇਰੇ ਸਾਨੂੰ ਇਦਾਂ ਪਤਾ ਲੱਗਾ ਵੀ ਰੋਟੀ ਖਾਣ ਡਿਆ ਸੀ ਜਦੋਂ ਫੋਨ ਗਿਆ ਕਿਸੇ ਦਾ ਇਹ ਆਉਂਦਾ ਵੀ ਰੋਟੀ ਖਾ ਕੇ ਤੇ ਮੈਂ ਹੁਣ ਨਿਕਲ ਪਿਆ ਕਰੂੰ ਪਤਾ ਨਹੀਂ ਕਿੱਥੋਂ ਨਾ ਜਾਣਾ ਸੀ ਕਿਸੇ ਨੇ ਪਹਿਲੇ ਤੇ ਆਉਂਦਾ ਵੀ ਉੱਧਰ ਨੂੰ ਆਉਣ ਡਿਆ ਜੇ ਗੋਂਦਵਾਲ ਨੂੰ ਹਾਂਜੀ ਤਰੀਕਾਂ ਪੈਂਦੀਆਂ ਸੀ ਮੰਗ ਕੀ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਇਤਨਾ ਨਹੀਂ ਹੋਣਾ ਚਾਹੀਦਾ ਕਿਤਨਾ ਹੋਣ ਡਿਆ ਜੇ ਕਈ ਮਾਂ ਹਾਂਜੀ ਵਿਆਹ ਆ ਕਾਕਾ ਗੁੱਡੀ ਆ ਹਾਂਜੀ ਭਰਾ ਮੇਰਾ ਗੁਰਪ੍ਰੀਤ ਫੋਨ ਭਤੀਜਾ ਮੇਰਾ ਅਮੈਰੀਕਾ 'ਚ ਉਹਨੇ ਫੋਨ ਕੀਤਾ ਆਂਦਾ ਭੂਈ ਮੇਰਾ ਬੇਟਾ ਧਰਮਪਾਲ ਆਂਦਾ ਧਰਮਪਾਲ ਚਾਚੇ ਨੂੰ ਗੋਲੀਆਂ ਮਾਰਦੀਆਂ ਕਿਸੇ ਨੇ ਆਦ ਦੇ ਵਿੱਚ ਮੈਂ ਨਹੀਂ ਹੋ ਗਈ ਮੈਨੂੰ ਕੋਈ ਪਤਾ ਨਹੀਂ ਮੇਰੇ ਵੀਰ ਨੂੰ ਮੈਂ ਵੀਰ ਨੂੰ ਲੱਭਦੀ ਫਿਰਦੀ ਮੈਂ ਉੱਥੋਂ ਵੀ ਆਈ ਹਾਂ ਜਿੱਥੇ ਵੀਰ ਨੂੰ ਗੋਲੀਆਂ ਵੱਜੀਆਂ ਮੇਰਾ ਵੀਰ ਇਨਸਾਫ ਮਿਲਣਾ ਚਾਹੀਦਾ ਕਈ ਮਾਵਾਂ ਦੇ ਪੁੱਤ ਤੁਰ ਗਏ ਕਿਸੇ ਦਾ ਕੋਈ ਮੁੱਲ ਨਹੀਂ ਪਿਆ ਇਹ ਕਿੱਥੋਂ ਸਰਕਾਰਾਂ ਸਾਡੀਆਂ ਅੜੀ ਮਿਹਨਤ ਆ ਸਾਡੇ ਨਾਲ ਜੋ ਹੋਇਆ ਗਾ ਅੱਗੇ ਨਾ ਕਿਸੇ ਦਾ ਹੋਵੇ ਕੀ ਲੱਗਦਾ ਤੁਹਾਨੂੰ ਕੁਛ ਆਖਿਆ ਕਿਸੇ ਦੀ ਕੋਈ ਗੱਲ ਵੀ ਕਿਉਂ ਨਹੀਂ ਮੋਬਾਈਲਾਂ 'ਚੋਂ ਨਿਕਲੋ ਪਤਾ ਲੱਗ ਜੂਗਾ ਆਪੇ ਪਤਾ ਲੱਗ ਜੂ ਲੱਭਣਾ ਕਿੰਨੇ ਪੁਲਿਸ ਨੇ ਮੁਲਾਜ਼ਮਾਂ ਨੇ ਲੱਭਣਾ ਸਾਨੂੰ ਕੀ ਪਤਾ ਵੀਰਾ ਹਾਏ ਵੀਰਾ ਹਾਏ ਵੀਰਾ ਲਾਲਜੀਤ ਭੁੱਲਰਨਾ ਸੀ ਇਹਦਾ ਜ਼ਿਲ੍ਹਾ ਤਰਨ ਤਾਰਨ ਵਿੱਚ ਵਾਰਦਾਤਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਬੀਤੇ 2 ਦਿਨਾਂ ਦਾ ਦੌਰਾਨ ਅੱਜ ਤੀਸਰੀ ਵੱਡੀ ਵਾਰਦਾਤ ਵਾਪਰੀ ਹੈ ਜਿਸ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਨੌਜਵਾਨ ਜੋ ਆਮ ਆਦਮੀ ਪਾਰਟੀ ਦਾ ਸਿਰਕੱਢ ਆਗੂ ਸੀ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਬਹੁਤ ਹੀ ਕਰੀਬੀ ਸਨ
ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਚੋਹਲਾ ਸਾਹਿਬ ਜੋ ਆਪਣੀ ਨਵੀਂ ਕਾਰ ਉੱਪਰ ਸਵਾਰ ਹੋ ਕੇ ਅਦਾਲਤ ਵਿੱਚ ਤਰੀਕ ਲਈ ਪੇਸ਼ੀ ਲਈ ਜਾ ਰਿਹਾ ਸੀ ਕਪੂਰਥਲਾ ਤੋਂ, ਉਸਨੇ ਜਦੋਂ ਉਹ ਫਾਟਕ ਫਤਿਹਾਬਾਦ ਨਜ਼ਦੀਕ ਪਹੁੰਚਦਾ ਹੈ ਤਾਂ ਇੱਕ ਕਾਰ ਜਿਸਨੂੰ ਸਵਿਫਟ ਕਾਰ ਦੱਸੀ ਜਾ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਸਵਾਰ ਸਨ ਵੱਲੋਂ ਘੇਰਦੇ ਹੋਏ ਰਸਤੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਜਦੋਂ ਫਾਇਰਿੰਗ ਹੁੰਦੀ ਹੈ ਤਾਂ ਉਸ ਵੇਲੇ ਗੁਰਪ੍ਰੀਤ ਸਿੰਘ ਗੋਪੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦੱਸਣ ਅਨੁਸਾਰ ਇਸ ਦਾ ਕਿਸੇ ਨਾਲ ਕੋਈ ਵੀ ਝਗੜਾ ਜਾਂ ਕੋਈ ਪੁਰਾਣੀ ਰੰਜਿਸ਼ ਨਹੀਂ ਦੱਸਿਆ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਜ਼ਿਲ੍ਹੇ ਦੇ SSP ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੋਸਟਮਾਰਟਮ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ, ਜਿਸ ਦਾ ਹੁਣ ਮਾਹਿਰ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਇੱਥੇ ਦੱਸਣਾ ਹੋਵੇਗਾ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ ਵਾਪਰ ਰਹੀਆਂ ਵੱਡੀਆਂ ਵਾਰਦਾਤਾਂ ਨੇ ਪੁਲਿਸ ਦੀ ਕਾਰਵਾਈ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲਿਆ ਹੈ ਅਤੇ ਲੋਕ ਇਨਸਾਫ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਜ਼ਿਲ੍ਹੇ ਵਿੱਚ ਵਾਪਰ ਰਹੀਆਂ ਵੱਡੀਆਂ ਵਾਰਦਾਤਾਂ ਜਿਵੇਂ ਕਿ ਕਿਸੇ ਨੂੰ ਕੋਈ ਫਰੋਤੀ ਮੰਗੀ ਜਾਂਦੀ ਹੈ ਤਾਂ ਉਸ ਤੋਂ ਇਨਕਾਰ ਕਰਨ ਤੋਂ ਬਾਅਦ ਉਸਦੇ ਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਕਿਤੇ ਗਨ ਹਾਊਸ ਲੁੱਟੇ ਜਾ ਰਹੇ ਹਨ ਔਰ ਕਿਤੇ ਬੈਂਕ ਲੁੱਟੇ ਜਾ ਰਹੇ ਹਨ। ਇੱਥੇ ਵਾਰਦਾਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚ ਚੁੱਕੇ ਹਨ, ਜਿਨ੍ਹਾਂ ਵਿੱਚ ਕਾਫੀ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇੱਥੇ ਅਸੀਂ ਗੱਲ ਕਰਾਂਗੇ ਭਾਅ ਜੀ, ਵਾਰਦਾਤ ਜਿਹੜੀ ਹੋਈ ਹੈ ਗੁਰਪ੍ਰੀਤ ਸਿੰਘ ਗੋਪੀ ਆਮ ਆਦਮੀ ਪਾਰਟੀ ਵਰਕਰ ਸੀ, ਕਿਸ ਤਰ੍ਹਾਂ ਦਾ ਇਹ ਮਤਲਬ ਹੈਗਾ ਸੀ, ਇਹਦਾ ਸੁਭਾਅ ਕਿਵੇਂ ਦਾ ਸੀ ਔਰ ਕੀ ਵਾਰਦਾਤ ਹੋਈ ਹੈ, ਕਿਵੇਂ ਤੁਹਾਨੂੰ ਪਤਾ ਲੱਗਾ ਤੁਸੀਂ? ਨਹੀਂ, ਸਾਨੂੰ ਤਾਂ ਫੇਸਬੁੱਕ ਜਰੀਏ ਪਤਾ ਲੱਗਾ, ਪਰ ਜੇ ਸੁਭਾਅ ਦੀ ਗੱਲ ਕਰਦੇ ਤਾਂ ਤੁਸੀਂ ਆ ਸੰਗਤ ਦੇ ਇਕੱਠ ਤੋਂ ਦੇਖ ਸਕਦੇ ਵੀ ਬਹੁਤ ਹੀ ਮਿਲਾਪੜਾ ਸੁਭਾਅ ਸੀਗਾ ਅਤੇ ਬੜਾ ਸੰਸੀਅਰ, ਬਹੁਤ ਸਿਆਣਾ ਜਿਹੜਾ ਆਪਣਾ ਸਾਡਾ ਸਾਥੀ ਸੀਗਾ ਅਤੇ ਬਾਕੀ ਅਣਹੋਣੀ ਦੀ ਗੱਲ ਸੀਗੀ। ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਆ ਮਨਜਿੰਦਰ ਸਿੰਘ ਲਾਲਪੁਰਾ ਦੇ ਕਾਫੀ ਕਰੀਬੀ ਸਨ ਔਰ ਉਹਨਾਂ ਵੱਲੋਂ ਉਹਨਾਂ ਦੇ ਨਾਲ ਹਰ ਜਗ੍ਹਾ 'ਤੇ ਜਾਣਾ, ਔਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਔਰ ਕਿਸ ਤਰ੍ਹਾਂ ਦੀ ਤੁਹਾਨੂੰ ਲੱਗਦਾ ਸੀ ਕਿ ਲੜਕੇ ਦੀ ਕਿਵੇਂ ਦੀ ਕੋਈ ਐਵੇਂ ਦੀ ਵਾਪਰ ਕਿਸੇ ਨਾਲ ਰੰਜਿਸ਼ ਹੋ ਸਕਦੀ ਆ ਜਾਂ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਨਹੀਂ, ਇਹਦੇ ਰੰਜਿਸ਼ ਬਾਰੇ ਤਾਂ ਚਲੋ ਸਾਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਵੀ ਕਿਸੇ ਨਾਲ ਹੈਗੀ ਜਾਂ ਨਹੀਂ ਹੈਗੀ, ਪਰ ਇੰਨਾ ਪਤਾ ਸੀਗਾ ਵੀ ਸਾਡੇ ਜਦੋਂ ਵੀ ਕਿਤੇ ਪਾਰਟੀ ਦੇ ਕਿਸੇ ਕੰਮ ਦੇ ਵਿੱਚ ਆਉਣਾ ਜਾਂ ਕਿਵੇਂ ਵੀ, ਅਤੇ ਕਦੀ ਇਹੋ ਜਿਹਾ ਲੱਗਾ ਨਹੀਂ ਸੀ ਵੀ ਕਿਸੇ ਨਾਲ ਕੋਈ ਰੰਜਿਸ਼ ਹੋਊਗੀ। ਸੁਭਾਅ ਦਾ ਜਿਹੜਾ ਸੀ ਉਹ ਬਹੁਤ ਹੀ ਮਲਾਪੜੇ ਸੁਭਾਅ ਦਾ ਜਿਹੜਾ ਵੀਰ ਸੀਗਾ। ਜ਼ਿਲ੍ਹੇ ਵਿੱਚ ਜਿਵੇਂ ਤੁਸੀਂ ਵੇਖਦੇ ਪਏ ਜੇ ਪਿਛਲੇ ਦੋ ਦਿਨਾਂ 'ਚ ਵੱਡੀਆਂ ਵੱਡੀਆਂ ਵਾਰਦਾਤਾਂ ਵਾਪਰੀਆਂ, ਗਨ ਹਾਊਸ ਲੁੱਟਿਆ ਗਿਆ, ਬੈਂਕ ਲੁੱਟਿਆ ਗਿਆ ਵਾ, ਔਰ ਅੱਜ ਤੀਜੀ ਵੱਡੀ ਵਾਰਦਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ, ਔਰ ਇਹਦੇ ਬਾਰੇ ਤੁਸੀਂ ਪੁਲਿਸ ਪ੍ਰਸ਼ਾਸਨ ਵੱਲ ਕੀ ਕਹਿਣਾ ਚਾਹੁੰਦੇ ਔਰ ਕੀ ਮੰਗ ਕਰਦੇ ਜੀ? ਨਹੀਂ, ਪੁਲਿਸ ਪ੍ਰਸ਼ਾਸਨ ਆਪਣਾ ਜਿਹੜਾ ਉਹ ਕੰਮ ਜਿਹੜਾ ਉਹ ਬਖੂਬੀ ਜਿਹੜਾ ਨਿਭਾ ਰਹੀ ਆ, ਇਸ ਚੀਜ਼ ਦੇ ਵਿੱਚ ਪਿੱਛੇ ਕਾਫੀ ਲੋਕ ਜਿਹੜੇ ਉਹ ਟਾਰਗੇਟ ਵੀ ਕੀਤੇ ਗਏ ਆ, ਪਰ ਇੱਕ ਮਾਹੌਲ ਤੁਹਾਨੂੰ ਪਤਾ ਜਿਵੇਂ ਕੁਝ ਬਣ ਜਾਂਦੇ ਨੇ ਅਤੇ ਉਹ ਇਸ ਚੀਜ਼ਾਂ ਦਾ ਜਿਹੜਾ ਉਹਨੂੰ ਆਪਾਂ ਕੋਈ ਪੁਲਿਸ ਦੇ ਉੱਤੇ ਇਸ ਚੀਜ਼ ਨੂੰ ਨਹੀਂ ਕਰ ਸਕਦੇ, ਉਹ ਕਾਫੀ ਮਤਲਬ ਇਸ ਚੀਜ਼ ਦੇ ਵਿੱਚ ਇਹਨਾਂ ਨੇ ਕਵਰ ਕੀਤਾ ਹੋਇਆ। ਪ੍ਰੀਤ ਸਿੰਘ ਚੋਹਲਾ ਜਿਹੜਾ ਤਰੀ ਭੁਗਤਣ ਵਾਸਤੇ ਕਪੂਰਥਲਾ ਜਾ ਰਿਹਾ ਸੀ, ਜਦੋਂ ਫਟਿਆ ਬਾਅਦ ਫਾਟਕ 'ਤੇ ਪੁੱਜਾ ਗਾੜੀ, ਫਾਟਕ ਬੰਦ ਸੀ ਅਤੇ ਮਗਰੋਂ ਕਿ ਦੋ ਨੌਜਵਾਨ ਕਿ ਤਿੰਨ ਕਿ ਦੋ ਆ ਆਪਣੀ ਗੱਡੀ 'ਚ ਆਏ ਆ
ਉਹਨਾਂ ਗੋਪੀ ਨੂੰ ਗੋਲੀਆਂ ਮਾਰ ਕੇ ਅਤੇ ਗੱਡੀ ਭਜਾ ਕੇ ਲੈ ਗਿਆ। ਤੁਹਾਨੂੰ ਕਿਤੋਂ ਸੂਚਨਾ ਪ੍ਰਾਪਤ ਹੋਈ ਔਰ ਤੁਹਾਨੂੰ ਕਿੱਦਾਂ? ਮੈਂ ਉਦੋਂ ਮਗਰ ਮਗਰ ਜਾ ਰਿਹਾ ਸੀ ਜਦੋਂ ਵਾਰਦਾਤ ਹੋਈ ਆ ਨਾ, ਮੇਰੇ ਤੋਂ ਦਸ ਕੁ ਮਿੰਟ ਪਹਿਲਾਂ ਵਾਰਦਾਤ ਹੋਈ ਹੈ ਜੀ। ਮੌਕੇ 'ਤੇ ਉੱਥੇ ਮੈਂ ਜਾ ਕੇ ਖੜ ਗਿਆ ਵਾਂ, ਸਾਡੇ ਐਸ ਐਸ ਓ ਸਾਹਿਬ ਮੌਕੇ 'ਤੇ ਆ ਗਏ, ਡਿਪਟੀ ਸਾਹਿਬ ਸਾਰੇ ਅਫਸਰ ਮੌਕੇ 'ਤੇ ਆ ਗਏ ਸੀਗੇ। ਮੈਂ ਕਿ ਡੈੱਡ ਬੋਡੀ ਲੈ ਕੇ ਸੇਵਾ ਹਫ਼ਤਾ ਤਰਨ ਤਾਰਨ ਜਮ੍ਹਾਂ ਕਰਵਾਈ ਆ, ਇਹਦੀ ਕਾਰਵਾਈ ਚੱਲ ਰਹੀ ਹੈ। ਤੁਸੀਂ ਜਦੋਂ ਘਟਨਾ ਦੇ ਮੌਕੇ 'ਤੇ ਪਹੁੰਚੇ, ਜਦੋਂ ਤੁਸੀਂ ਵੇਖਿਆ ਉਹ ਕੀ, ਤੁਸੀਂ ਸਾਹਮਣੇ ਜਾ ਕੇ ਕੀ ਕੀ ਵੇਖਿਆ, ਕਿੱਦਾਂ ਹੋਇਆ ਸੀ ਸਾਰੀ? ਮੈਂ ਜਾ ਕੇ ਵੇਖਿਆ ਗੱਡੀ ਦੇ ਦੋਵੇਂ ਸੀਟਾਂ ਟੁੱਟੇ ਸੀ ਮਗਰ ਦੇ ਸਾਈਡ ਵਾਲੇ, ਅਤੇ ਇਹ ਗੋਲੀਆਂ ਵੱਜਣ ਕਰਕੇ ਲੰਮੇ ਪਏ ਸੀ ਸੀਟ 'ਤੇ। ਇਹਦੇ ਕੋਲ ਜਿਹੜਾ ਪੇਟਲ ਸੀ ਅਤੇ ਆਪਣਾ ਰਿਵਾਲਵਰ ਉਹ ਵੀ ਲੈ ਗਏ ਜੀ। ਅੱਛਾ, ਆਪਣਾ ਰਿਵਾਲਵਰ ਸੀ ਜਿਹੜਾ ਕੋਲ ਉਹ ਵੀ ਨਾਲ ਲੈ ਗਏ? ਉਹ ਵੀ ਲੈ ਗਏ ਜੀ। ਹਾਂਜੀ, ਅਤੇ ਇਹ ਗੋਲੀਆਂ ਉਹ ਕਿੱਥੇ ਵੱਜੀਆਂ ਤੁਸੀਂ ਜਦੋਂ ਵੇਖੀਆਂ, ਕਿੱਥੇ ਤੁਹਾਨੂੰ ਲੱਗਦੇ? ਉਹ ਵੱਖੇ ਸੱਜੀ ਵੱਖੀ 'ਤੇ ਵੱਜੀਆਂ ਦੋ, ਇੱਕ ਖੱਬੇ ਹੱਥ 'ਤੇ ਵੱਜੀ ਆ ਜੀ, ਤਿੰਨ ਗੋਲੀਆਂ ਲੱਗੀਆਂ ਜੀ। ਤੁਹਾਡੇ ਸਾਹਮਣੇ ਕਿੰਨੇ ਫਾਇਰ ਹੋਏ ਔਰ ਕਿਹੜੀ ਰਾਈਫਲ ਨਾਲ ਕੋਈ ਜਾਂ ਕਿਹੜੇ ਹਥਿਆਰ ਨਾਲ ਫਾਇਰ ਕੀਤੇ? ਆਪਾਂ ਇਹ ਖੋਲਾਂ ਦਾ ਪਤਾ ਲੱਗੇਗਾ ਜੀ, ਖੋਲ ਕਿਹੜੇ ਆਪਣੇ ਪਿਸਟਲ ਦੇ ਜਾਂ ਰਿਵਾਲਵਰ ਦੇ ਆ, ਖੋਲਾਂ ਦਾ ਪਤਾ ਲੱਗੇਗਾ। ਜਿਹੜੇ ਹਮਲਾਵਰ ਆਏ ਆ ਉਹ ਕਿਹੜੀ ਗੱਡੀ 'ਤੇ ਆਏ ਔਰ ਕਿੰਨੇ ਜਾਣੇ ਸੀ? ਕਿਸ ਗੱਡੀ 'ਤੇ ਆਏ ਜੀ? ਸਵਿਫਟ ਗੱਡੀ 'ਤੇ, ਤਿੰਨ ਜਣੇ ਪਤਾ ਨਹੀਂ, ਦੋ ਮੈਨੂੰ ਦੱਸਦੇ ਪੁੱਛਿਆ ਹਰੀ, ਜਿਹੜੇ ਗਵਾਹ ਉੱਥੇ ਖਲੋਤੇ ਨਾ ਮੁੰਡੇ, ਉਹਨਾਂ ਨੂੰ ਪੁੱਛਿਆ ਮੈਂ ਕਿੰਨੇ ਬੰਦਿਆਂ ਦੇ, ਦੋ ਹੀ ਆਏ ਆ ਗੋਲੀਆਂ ਮਾਰ ਕੇ ਨੇੜ ਗਏ। ਔਰ ਇਹ ਵਾਰਦਾਤ ਜਦੋਂ ਹੋਈ ਆ ਉਸ ਵੇਲੇ ਆਸ ਪਾਸ ਲੱਗੇ ਕੋਈ ਕੈਮਰੇ, CCTV ਕੈਮਰੇ ਲੱਗੇ ਹੋਣ ਜੇ ਤੁਹਾਨੂੰ ਜਾਂਚ ਕਰਦੀ ਹੋਈ? ਫਾਟਕ 'ਤੇ ਕੈਮਰੇ ਲੱਗੇ ਜੀ, ਕੈਮਰੇ ਲੱਗੇ ਆ ਫਤਿਹਾਬਾਦ ਚੌਂਕ 'ਚ, ਉੱਥੋਂ ਵੀ ਚੈੱਕ ਕੀਤੇ ਆ, ਪਰ ਗੱਡੀ ਹੁਣ ਲੰਘੀ ਨਹੀਂ ਜਾਪਦੀ। ਹਾਂਜੀ, ਇਹ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਮਨ ਚਾਵਲਾ, ਜਗਬਣੀ, TV ਤਰਨ ਤਾਰਨ।